33 ਬੰਦੇ ਐ ਜੇਲ੍ਹ ਸਿਸਟਮ ਤੇ ਸਾਨੂੰ ਪਹਿਲਾਂ 60 ਵਿੱਚ ਲੈ ਕੇ ਸੀ ਫਿਰ ਰਾਤੋਂ ਰਾਤ ਸਾਨੂੰ ਇੱਥੇ ਲੈ ਆਪਣੀ ਜਮਾਨਤ ਆਪ ਕਰਾ ਰਹੀ ਸਰਕਾਰ ਕੋਈ ਨਹੀਂ ਛੱਡ ਰਹੀ ਕੁਝ ਨਹੀਂ ਕਰ ਰਹੀ ਕੀ ਕਹਿਣਾ ਤੁਸੀਂ ਸਰਕਾਰ ਬਾਰੇ ਪ੍ਰਸ਼ਾਸਨ ਬਾਰੇ ਵੀ ਧੱਕਾ ਚਾਹੀਏ ਕਿ ਕਿੱਦਾਂ ਭਾਈ ਧੱਕਾ ਚਾਹੀਏ ਥਾਣੇ 'ਚ ਲਿਜਾ ਕੇ ਤੌਰ ਤਰ ਕਰਦੇ ਉਹਨਾਂ ਨੂੰ ਗਲਤ ਮਲ ਤੋਂ ਬੋਲਦੇ ਆ ਦਸਤਾਰਾਂ ਲਵਾ ਦਿੱਤੀਆਂ ਉਹਨਾਂ ਨੇ ਸਾਡੇ ਕਕਾਰ ਲਵਾ ਦਿੱਤੇ ਕਦੇ ਉੱਪਰ ਧੱਕਾ ਸ਼ਾਹੀ ਨਹੀਂ ਕਹਾਂਗੇ ਤੇ ਕੀ ਕਹਾਂਗੇ ਅਸੀਂ ਮਿਹਨਤਾਂ ਵੀ ਕੀਤੀ ਵੀ ਸਾਡੇ ਕਕਾਰ ਨਾ ਲਵਾਓ ਜਿਹੜੇ ਸਾਡੇ ਕਕਾਰ ਵੀ ਲਵਾ ਦਿੱਤੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਰੋਜ਼ਾਨਾ ਟਾਈਮ 'ਚ ਭਾਈ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦੇ ਮਾਮਲੇ 'ਚ ਕੁਝ ਸਿੱਖ ਜਥੇਬੰਦੀਆਂ ਉਹਨਾਂ ਦੇ ਹੱਕ 'ਚ ਖੜੀਆਂ ਸੀ ਅਤੇ ਉੱਥੇ ਹੀ ਕੁਝ ਜਥੇਬੰਦੀਆਂ ਦੇ ਵੱਲੋਂ ਗੁਰਦੁਆਰਾ ਸੋਹਾਣਾ ਦੇ ਵਿੱਚ ਧਰਨਾ ਲਗਾਇਆ ਜਾ ਰਿਹਾ ਸੀ ਅਤੇ ਸਰਕਾਰ ਦੇ ਖਿਲਾਫ਼ ਰੋਸ ਵੀ ਜਤਾਇਆ ਜਾ ਰਿਹਾ ਸੀ ਅਤੇ ਜਿਸ ਦੇ ਚੱਲਦੇ ਕੁਝ ਧਰਨਾਕਾਰੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਸੀ ਅਤੇ ਪਟਿਆਲੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਅਤੇ ਉੱਥੇ ਹੀ ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਦੇ ਵੱਲੋਂ ਉਹਨਾਂ ਦੀ ਜ਼ਮਾਨਤ ਕਰਵਾਈ ਗਈ ਅਤੇ ਪਟਿਆਲਾ ਜੇਲ੍ਹ ਦੇ ਵਿੱਚ ਜੋ ਕੁਝ ਵਿਅਕਤੀ ਹਿਰਾਸਤ ਦੇ ਵਿੱਚ ਸੀ ਉਸ ਨੂੰ ਪਟਿਆਲਾ ਜੇਲ੍ਹ ਨੇ 5 ਵਿਅਕਤੀਆਂ ਨੂੰ ਰਿਹਾਅ ਕਰ ਦਿੱਤਾ ਹੈ ਮੈਂ ਮੋਹਾਲੀ ਤੋਂ ਤੇ ਕਦੋਂ ਤੋਂ ਚੱਕਿਆ ਗਿਆ ਸੀ ਪੁਲਿਸ ਵੱਲੋਂ ਕਿਸ ਕਿਉਂ ਚੱਕਿਆ ਗਿਆ ਸੀ ਕੀ ਕਾਰਨ ਸੀ ਅਸੀਂ ਸੋਹਣਾ ਸਾਹਿਬ ਗੁਰਦੁਆਰੇ ਦੇ ਬਾਹਰ ਧਰਨਾ ਦੇ ਰਹੇ ਸੀ ਭਾਈ ਅੰਮ੍ਰਿਤਪਾਲ ਸਿੰਘ ਦੇ ਬਾਰੇ ਜੋ ਉਹਨਾਂ ਨੂੰ ਸ਼ੋਅ ਨਹੀਂ ਕੀਤਾ ਗ੍ਰਿਫਤਾਰੀ ਕੀਤੀ ਜੋ ਵੀ ਹੈ ਉਸ ਕਰਕੇ ਧਰਨਾ ਲਾਇਆ ਸੀ ਸਾਨੂੰ ਉੱਥੋਂ ਚੱਕ ਲਿਆ ਤੇ ਕਿਹੜੀ ਜਗ੍ਹਾ ਤੁਹਾਨੂੰ ਰੱਖਿਆ ਗਿਆ ਸੀਗਾ ਤੇ ਤੁਹਾਡੇ ਨਾਲ ਹੋਰ ਕਿੰਨੇ ਬੰਦੇ ਜਿਹੜੇ ਸੀ ਨਾਲ ਸੀਗੇ ਸਾਡੇ ਨਾਲ ਅਸੀਂ 33 ਬੰਦੇ ਐ ਜੇਲ੍ਹ ਸਿਸਟਮ ਤੇ ਸਾਨੂੰ ਪਹਿਲਾਂ 60 ਵਿੱਚ ਲੈ ਕੇ ਸੀ ਫਿਰ ਰਾਤੋਂ ਰਾਤ ਸਾਨੂੰ ਇੱਥੇ ਲੈ 33 ਬੰਦੇ ਕਿਹੜੀ ਜਗ੍ਹਾ ਦੇ ਨੇ ਵੱਖ ਵੱਖ ਜਗ੍ਹਾ ਦੇ ਨੇ ਲੋਕਲ ਨੇ ਕੁਛ ਵੱਖ ਟੋਟਲ ਕਿੰਨੇ ਬੰਦੇ ਹੈਗੇ ਨੇ ਇੱਥੇ ਫਿਲਹਾਲ ਸਾਡੇ ਨਾਲ ਅਸੀਂ 37 ਜਾਣੇ ਸੀਗੇ ਆਪਣੀ ਜਮਾਨਤ ਆਪ ਕਰਾ ਰਹੀ ਸਰਕਾਰ ਕੋਈ ਨਹੀਂ ਛੱਡ ਰਹੀ ਕੁਛ ਨਹੀਂ ਕਰ ਰਹੀ ਭਾਈ ਧੱਕਾ ਚਾਹੀਏ ਥਾਣੇ 'ਚ ਲਿਜਾ ਕੇ ਤੌਰ ਤਰ ਕਰਦੇ ਉਹਨਾਂ ਨੂੰ ਗਲਤ ਮਲ ਤੋਂ ਬੋਲਦੇ ਆ ਦਸਤਾਰਾਂ ਲਵਾ ਦਿੱਤੀਆਂ ਉਹਨਾਂ ਨੇ ਸਾਡੇ ਕਕਾਰ ਲਵਾ ਦਿੱਤੇ ਕਦੇ ਉੱਪਰ ਧੱਕਾ ਸ਼ਾਹੀ ਨਹੀਂ ਕਹਾਂਗੇ ਤੇ ਕੀ ਕਹਾਂਗੇ ਅਸੀਂ ਮਿਹਨਤਾਂ ਵੀ ਕੀਤੀ ਵੀ ਸਾਡੇ ਕਕਾਰ ਨਾ ਲਵਾਓ ਜਿਹੜੇ ਸਾਡੇ ਕਕਾਰ ਵੀ ਲਵਾ ਦਿੱਤੇ ਕਿਹੜੇ ਥਾਣੇ ਰੱਖਿਆ ਗਿਆ ਸੀ ਸਾਨੂੰ 8 ਵਜੇ ਰੱਖਿਆ ਗਿਆ ਤੇ ਹੁਣ ਕੀ ਕਹਿਣਾ ਚਾਹੁੰਦੇ ਹੋ ਕੀ ਕਿਹੜੀ ਧਾਰਾਵਾਂ ਨਾਲ ਤੁਹਾਨੂੰ ਜਿਹੜਾ ਸੀਗਾ ਅੰਦਰ ਕੀਤਾ ਗਿਆ ਸੀਗਾ ਸਾਨੂੰ 57 ਲਾਈ ਸੀ ਕਈਆਂ ਦੇ ਵੱਖੋ ਵੱਖਰੀਆਂ ਲਾਤੀਆਂ ਹਰ ਇੱਕ ਦੇ ਵੱਖੋ ਵੱਖਰੀ ਧਰਨਾ ਮੈਂ ਤੁਹਾਨੂੰ ਦੱਸਦਾ ਜੀ ਕੋਈ ਵਾਹਿਗੁਰੂ ਜੀ ਕੀ ਫਤਿਹ ਦਾਸ ਇੰਦਰਵੀਰ ਸਿੰਘ ਕੌਮੀ ਇਨਸਾਫ਼ ਮੋਰਚਾ ਜੋ ਕਿ ਚੰਡੀਗੜ੍ਹ ਦੀ ਬੁਲਾਹ 'ਤੇ ਲੱਗਾ ਹੈ ਉਹਨਾਂ ਵੱਲੋਂ ਇੱਥੇ ਪਹੁੰਚਿਆ ਹੈ ਜੋ ਆਪਣੇ ਸਿੰਘ ਤੁਸੀਂ ਦੇਖ ਰਹੇ ਹੋ ਮੇਰੇ ਖੱਬੇ ਤੋਂ ਸੱਜੇ ਇਹ ਜਿਹੜੇ ਸਿੰਘਾਂ ਨੇ ਆਪਣੇ ਨੇ ਸੋਹਾਣੇ ਗੁਰਦੁਆਰਾ ਸਾਹਿਬ ਸਾਹਮਣੇ ਭਾਈ ਅੰਮ੍ਰਿਤਪਾਲ ਸਿੰਘ ਦੇ ਜੋ ਗ੍ਰਿਫਤਾਰੀ ਦਿਖਾ ਰਹੀ ਹੈ ਸਰਕਾਰ ਆ ਉਹਨਾਂ ਨੂੰ ਜੋ ਤੰਗ ਪਰੇਸ਼ਾਨ ਕਰ ਰਹੀ ਉਹਨਾਂ ਦੇ ਰੋਸ ਵਜੋਂ ਆਪਣੀ ਸੰਗਤ ਨੇ ਉੱਥੇ ਜੋ ਧਰਨਾ ਲਾਇਆ ਸੀ ਉੱਥੋਂ 21 ਤਰੀਕ ਦੁਪਹਿਰ ਨੂੰ ਪੁਲਿਸ ਨੇ ਜਬਰੀ ਉਹਨਾਂ ਨੂੰ ਚੱਕ ਕੇ ਇਹਨਾਂ 'ਤੇ ਪਰਚੇ ਦਰਜ ਕਰਕੇ ਅਤੇ ਜੇਲ੍ਹ 'ਚੋਂ ਇਹਨਾਂ ਨੂੰ ਪਟਿਆਲੇ ਜੇਲ੍ਹ ਵਿਖੇ ਭੇਜਿਆ ਗਿਆ ਸੀ ਅਤੇ ਇਹਨਾਂ ਦੀਆਂ ਕੁਛ ਸਿੰਘਾਂ ਦੀਆਂ ਅਸੀਂ ਅੱਜ 5 ਸਿੰਘਾਂ ਨੂੰ ਜਮਾਨਤਾਂ ਕਰਾਈਆਂ ਇੱਕ ਮੈਂ ਤੁਹਾਨੂੰ ਗੱਲ ਕਹਿਣਾ ਚਾਹੁੰਦਾ ਹਾਂ ਜੋ ਪੰਜਾਬ ਸਰਕਾਰ ਜਾਂ ਪ੍ਰਸ਼ਾਸਨ ਕਹਿ ਰਹੀ ਹੈ ਵਾਰ ਵਾਰ ਵੀ ਅਸੀਂ  170 ਨੂੰ ਛੱਡ ਕੇ ਬਾਕੀ ਉਹਨਾਂ ਛੱਡ ਦੇਣਾ ਇਹ ਕੋਈ ਛੱਡ ਨਹੀਂ ਰਹੀ ਸਾਰੇ ਸਿੰਘ ਜਮਾਨਤਾਂ ਕਰਾਂ ਰਾਤ ਵੀ 2 ਸਿੰਘਾਂ ਜਮਾਨਤਾਂ ਕਰਾਈਆਂ 2 ਬੀਬੀਆਂ ਘੰਟਾ ਪਹਿਲਾਂ ਅਸੀਂ ਜਮਾਨਤਾਂ ਕਰਾਈਆਂ ਹੁੰਦੀਆਂ ਇਹ 5 ਸਿੰਘ ਇਹ ਖੜ੍ਹੇ ਹੈ ਸਰਕਾਰ ਕਿਸੇ ਨੂੰ ਐਵੇਂ ਨਹੀਂ ਛੱਡ ਰਹੀ ਸਾਰੇ ਆਪਣੇ ਉਸ ਦੇ ਹਿਸਾਬ ਨਾਲ ਜਮਾਨਤਾਂ ਕਰਾ ਕੇ ਉਹਨੇ ਜਮਾਨਤਾਂ ਭਰ ਕੇ ਆਪਣੇ ਕੌਮੀ ਇਨਸਾਫ਼ ਮੋਰਚੇ ਵੱਲ ਜਮਾਨਤਾਂ ਭਰੀਆਂ ਬਾਕੀ ਪਾਸੇ ਅਸੀਂ ਗੱਲ ਕੀਤੀ ਹੈ ਪੰਜਾਬ 'ਚ ਹੋਰ ਵੀ ਸਾਡੇ ਵਕੀਲਾਂ ਨੇ ਗੱਲ ਕੀਤੀ ਹੈ ਜਾਂ ਸੰਗਤ ਨੇ ਸਾਨੂੰ ਦੱਸਿਆ ਹੈ ਕੋਈ ਸਰਕਾਰ ਕਿਸੇ ਨੂੰ ਛੱਡ ਨਹੀਂ ਸੰਗਤ ਆਪ ਆਪਣੀ ਜਮਾਨਤਾਂ ਕਰਾ ਕੇ ਬੌਂਡ ਭਰ ਕੇ ਲੱਖ ਲੱਖ ਰੁਪਈਏ 2-2 ਲੱਖ ਰੁਪਏ ਦੇ ਅਤੇ ਆਪਣੀ ਜਮਾਨਤਾਂ ਦੇ ਕੇ ਸੰਗਤ ਆਪ ਬਾਹਰ ਆ ਰਹੀ ਹੈ ਨਾ ਕੋਈ ਸਰਕਾਰ ਕੋਈ ਆਸਾਨ ਕਰ ਰਹੀ ਹੈ ਨਾ ਸਰਕਾਰ ਨੇ ਕਿਸੇ ਨੇ ਇੱਕ ਬੰਦੇ ਨੂੰ ਛੱਡਿਆ ਹੈਗਾ ਜਿਹਨਾਂ 9 ਜਣਿਆਂ ਨੂੰ 57 ਸੀ ਬਾਕੀ 24 ਦੇ 323 324 182 148 149 ਇਹ ਧਰਾਵਾਂ ਲਾਈਆਂ ਠੀਕ ਹੈ ਜੀ ਇਹ 9 ਜਣੇ ਦੀ 57 ਸੀ ਸਰ ਜਿਹਦੇ 'ਚੋਂ 9 'ਚੋਂ ਅਸੀਂ ਇਸਮੇ 7 ਆ ਗਏ ਹੈ 2 ਦੀ ਜਮਾਨਤ ਹਲੇ ਹੋਈਆਂ ਨਹੀਂ ਉਹ ਸੋਮਵਾਰ ਤਰੀਕ ਭਾਈ ਉਹ ਸੋਮਵਾਰ ਕਰਾਵਾਂਗੇ ਅਤੇ ਬਾਕੀਆਂ ਦੇ ਵਿੱਚ ਛੇਤੀ ਜਮਾਨਤਾਂ ਪਾ ਕੇ ਛੇਤੀ ਉਹਨਾਂ ਨੂੰ ਰਿਹਾਅ ਕਰਾਵਾਂਗੇ ਕਿਸੇ ਸੰਸਥਾ ਵੱਲੋਂ ਜੇ ਜਮਾਨਤ ਕਰਾਈ ਜਾ ਰਹੀ ਹੈ ਆਪਣੀ ਨਹੀਂ ਜੋ ਕੌਮੀ ਇਨਸਾਫ਼ ਮੋਰਚਾ ਚੰਡੀਗੜ੍ਹ ਦੀ ਬਰੂਹਾਂ 'ਤੇ ਲੱਗਿਆ ਹੋਇਆ ਉਹਨਾਂ ਦੀ ਕਮੇਟੀ ਵੱਲੋਂ ਉਹਨਾਂ ਵੱਲੋਂ ਕਰਾਏਗੀ ਸਾਰਿਆਂ ਨੂੰ ਆਪਣੇ ਮਤਲਬ ਕਿ ਜ਼ਮੀਨਾਂ ਦੀ ਫਰਦਾਂ ਦੇ ਕੇ ਬੌਂਡ ਭਰ ਕੇ ਜੀ ਸਕਿਉਰਟੀਆਂ ਦੇ ਕੇ ਜੀ